ਇਹ ਸਿੰਪਲਿਸਿਟੀ ਹੈ ਨਾ, ਸਾਦਗੀ ਆ, ਇਹ ਤੁਸੀਂ ਨੋਟ ਕਰਿਓ, ਇਹ ਤੁਸੀਂ ਇਸ ਜ਼ਿੰਦਗੀ ਦੇ ਨਾਲ ਰਹਿੰਦੀ ਆ। ਔਰ ਜੇ ਜ਼ਿੰਦਗੀ ਨਾਲ ਰਹੋਗੇ ਤੁਸੀਂ ਸੌਖੇ ਰਹੋਗੇ। ਇਨਸਾਨ ਅਸੀਂ ਤੰਗ ਕਿਉਂ ਹਾਂ, ਅਸੀਂ ਉਹ ਸਿੰਪਲਿਸਿਟੀ ਛੱਡਦੇ। ਅੱਜ ਦੇ ਦੌਰ 'ਚ ਇਹ ਸ਼ਾਇਰ ਸ਼ਬਦ ਤੁਹਾਡੇ ਵਾਸਤੇ ਕੀ ਹੈ? ਸਦਕੇ ਜਿਨ੍ਹਾਂ ਦੇ ਚਮਨ ਆਬਾਦ ਸਾਡਾ ਰੱਬਾ, ਉਹਨਾਂ ਬਹਾਰਾਂ ਦੀ ਖੈਰ ਕਰੀ, ਤੇਰੀ ਦੁਨੀਆਂ 'ਤੇ ਜਿਹੜੇ ਨੇ ਪਿਆਰ ਕਰਦੇ ਤੂੰ ਉਹਨਾਂ ਦੇ ਪਿਆਰਾਂ ਦੀ ਖੈਰ ਕਰੀ। ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਦੇਵੀ ਸਾਹਿਬ ਜਦੋਂ ਸੋਸ਼ਲ ਮੀਡੀਆ 'ਤੇ ਚਲਾਉਂਦੇ ਹਾਂ ਨਾ, ਰੀਲਾਂ ਦੇਖਦੇ ਹਾਂ, ਹਰ ਤੀਜੀ ਰੀਲ 'ਚ ਦੇਵੀ ਸਾਹਿਬ ਦੀ ਸ਼ਾਇਰੀ ਹੁੰਦੀ ਆ। ਵੇਖ ਜਿਨ੍ਹਾਂ ਵੱਲ ਜਿਉਣ ਦੀ ਜਾਚ ਸਿੱਖੀ, ਨਕਸ਼ੇ ਕਦਮਾਂ 'ਤੇ ਜਿਨ੍ਹਾਂ 'ਤੇ ਚੱਲਦੇ ਹਾਂ, ਚਾਹੇ ਦੇਵੀ ਨੂੰ ਜਦੋਂ ਉਜਾੜ ਦੇਵੀ, ਪਰ ਉਹਨਾਂ ਸੋਹਣੇ ਯਾਰਾਂ ਦੀ ਖੈਰ। ਦੇਵੀ ਸਾਹਿਬ ਤੁਹਾਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਮੇਰਾ ਜਿਹੜਾ ਸਟਾਰਡਮ ਪਹਿਲਾਂ ਸੀਗਾ ਉਹ ਅੱਜ ਵੀ ਮੇਰਾ ਕਾਇਆ ਵਾ ਮੇਰੇ ਲਿਖਣ ਦੇ ਨਾਲ? ਨਹੀਂ, ਇਹ ਇੱਕ ਬੋਲ ਹੈ ਨਾ, ਜਿਹੜੇ ਬੋਲ ਨਹੀਂ ਕਦੇ ਮਰਦੇ। ਜਿਹੜੇ ਆਰਟ, ਆਰਟ ਫੋਰਮ ਇੱਦਾਂ ਹੈ ਵੀ ਇਨਸਾਨ ਤਾਂ ਇੱਕ ਲਿਮਿਟਡ ਲਾਈਫ ਹੈ ਹਰੇਕ ਦੀ, ਕੋਈ ਹਜ਼ਾਰ ਸਾਲ ਥੋੜ੍ਹਾ ਜਿਹਾ ਕਿਸੇ ਬੰਦੇ ਨੇ, ਹੈ ਨਾ, ਉਨੇ ਕੀ ਆ। ਅਤੇ ਪਰ ਉਹਦੇ ਵਿੱਚ ਜਿਹੜੇ ਤੁਸੀਂ ਕੰਮ ਕਰ ਜਾਂਦੇ ਹੋ, ਥੋੜ੍ਹਾ ਕੰਮ ਚੱਲਦਾ ਰਹਿੰਦਾ। ਤੁਹਾਨੂੰ ਤੁਸੀਂ ਫੀਲ ਕਰਦੇ ਹੋ ਕਿ ਜਿਹੜੇ ਸਮੇਂ 'ਚ ਤੁਹਾਡੇ ਲਿਖਿਆ ਜਾਂਦਾ ਸੀਗਾ, ਤੁਹਾਡਾ ਜਿਹੜਾ ਸਮੇਂ ਲਿਖਿਆ ਜਾਂਦਾ ਸੀਗਾ, ਅੱਜ ਉਹ ਲਿਖਿਆ ਜਾਂਦਾ ਹੈ ਜਾਂ ਉਹ ਮਤਲਬ ਹੈ? ਸਿੰਪਲ ਥਿੰਕਿੰਗ, ਸਿੰਪਲ ਕੱਪੜਾ, ਸਿੰਪਲ ਖਾਣਾ, ਸਿੰਪਲ ਲਾਈਫ, ਹੈ ਨਾ, ਉਹ ਪੁਰਾਣੇ ਲੋਕਾਂ ਦੀ ਹੁੰਦੀ ਸੀ, ਇਸ ਕਰਕੇ ਸੌਖੇ ਰਹਿੰਦੇ ਸੀ। ਹੁਣ ਮੁੜ ਕੇ ਆਉਣਾ ਉੱਧਰ ਨੂੰ ਪੈਣਾ ਮੁੜ ਕੇ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਅੱਜ ਜਿਹਨਾਂ ਨਾਲ ਮੈਂ ਬੈਠਿਆ ਹਾਂ, ਮੇਰੇ ਖਿਆਲ ਤੋਂ ਇਹਨਾਂ ਬਾਰੇ ਦੱਸਣ ਦੀ ਲੋੜ ਤਾਂ ਹੈ ਨਹੀਂ, ਕਿਉਂਕਿ ਮੈਨੂੰ ਇੱਦਾਂ ਲੱਗਦਾ ਹੈ ਕਿ ਜਦੋਂ ਵੀ ਇਹਨਾਂ ਨੂੰ ਸੁਣਦੇ ਹਾਂ, ਇਹਨਾਂ ਨੂੰ ਪਛਾਣਦੇ, ਇਹਨਾਂ ਨੂੰ ਜਾਣਦੇ ਹਾਂ, ਮੇਰੇ ਖਿਆਲ ਤੋਂ ਹਰ ਇੱਕ ਦਿਨ ਹੋਰ ਸਪੈਸ਼ਲ ਹੁੰਦਾ ਜਾਂਦਾ, ਉਹ ਵੀ ਇਸ ਕਰਕੇ ਕਿ ਅਸੀਂ ਹੋਰ ਸੁਣਦੇ ਰਹੀਏ। ਮੇਰੀ ਪਹਿਲੀ ਮੁਲਾਕਾਤ ਆ ਅਤੇ ਮੈਂ ਇਹਦੇ ਵਾਸਤੇ ਬੜਾ ਐਕਸਾਈਟਡ ਹਾਂ। ਦੇਵੀ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ। ਵਧੀਆ, ਕਿਰਪਾ ਮਾਲਕ ਦੀ। ਦੇਵੀ ਸਾਹਿਬ, ਪਹਿਲਾਂ ਤਾਂ ਇਹ ਕੰਪਲੀਮੈਂਟ ਆ ਕਿ ਬੜੇ ਅਰਸੇ ਤੋਂ, ਬੜੇ ਸਮੇਂ ਤੋਂ ਇਸ ਚੀਜ਼ ਦੀ ਵੇਟ ਸੀ ਕਿ ਕਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਸਕੀਏ, ਤਾਂ ਕਦੋਂ ਉਹ ਟਾਈਮ ਆਵੇ ਅਤੇ ਜਦੋਂ ਤੁਸੀਂ ਸਾਡੇ ਕੋਲ ਹੋ। ਜੀ ਜੀ, ਹਾਂਜੀ, ਬਿਲਕੁਲ, ਸਬੱਬ ਬਣ ਗਿਆ ਜੀ ਅੱਜ, ਬੜਾ ਚੰਗਾ ਸਬੱਬ ਬਣਿਆ ਅਤੇ ਸਾਰੇ ਮੀਡੀਆ ਵਾਲੇ ਭਰਾਵਾਂ ਦੇ ਦਰਸ਼ਨ ਹੋਏ, ਬੜਾ ਅੱਛਾ ਲੱਗ ਰਿਹਾ। ਦੇਵੀ ਸਾਹਿਬ, ਸ਼ਾਇਰ ਮੇਰੇ ਖਿਆਲ ਤੋਂ ਲਫ਼ਜ਼ ਤੁਹਾਡੀ ਜ਼ਿੰਦਗੀ 'ਚ ਬੜਾ ਅਹਿਮ ਹੈ, ਕਿਉਂਕਿ ਤੁਸੀਂ ਆਪ ਸਾਡੇ ਆਪਣੇ ਪੁਰਾਣੇ ਜ਼ਮਾਨੇ ਤੁਸੀਂ ਲਿਖਾਰੀ ਰਹੇ ਹੋ, ਉਹ ਜ਼ਮਾਨੇ ਨੇ ਜਿਹੜੇ ਮੇਰੇ ਖਿਆਲ ਤੋਂ ਅਸੀਂ ਹੈ ਵੀ ਨਹੀਂ ਸੀਗੇ, ਮੈਂ ਤਾਂ ਨਹੀਂ ਸੀਗਾ ਉਸ ਜ਼ਮਾਨੇ ਦੇ ਵਿੱਚ, ਬਟ ਅੱਜ ਦੇ ਦੌਰ 'ਚ ਇਹ ਸ਼ਾਇਰ ਸ਼ਬਦ ਤੁਹਾਡੇ ਵਾਸਤੇ ਕੀ ਹੈ? ਨਹੀਂ, ਬਿਲਕੁਲ, ਹੁਣ ਇਹਨਾਂ ਕਵਿਤਾ ਨਾਲ ਜੁੜੇ ਹੋਏ ਹਾਂ, ਬਚਪਨ ਤੋਂ ਕਵਿਤਾ ਪੜ੍ਹੀ ਆ, ਥੋੜ੍ਹਾ ਬਹੁਤਾ ਲਿਖਦੇ ਹਾਂ, ਪਰਫੋਰਮ ਕਰਦੇ ਹਾਂ, ਅਤੇ ਇਸ ਸਬਜੈਕਟ 'ਤੇ ਫਿਲਮ ਬਣ ਰਹੀ ਹੈ, ਇਹ ਬੜੇ ਮੁਬਾਰਕ ਕਦਮ ਹੈ ਕਿ ਬਹੁਤ ਅੱਛੇ ਲੈਵਲ ਦੀ ਫਿਲਮ ਬਣੀ ਹੈ। ਸ਼ਾਇਰ ਦੀ ਜ਼ਿੰਦਗੀ 'ਤੇ ਮੇਰਾ ਪਹਿਲੀ ਪੰਜਾਬੀ 'ਚ ਪਹਿਲਾ ਪ੍ਰੋਜੈਕਟ ਹੈ, ਮੈਨੂੰ ਲੱਗਦਾ। ਪਰ ਇਹ ਕਮਾਲ ਦੇ ਮੇਕਰ ਬੜੇ ਜੀ, ਜਗਦੀਪ ਹੋਰੀ, ਉਹਦੇ ਪ੍ਰਤਾਪ ਹੋਣੀ, ਬਹੁਤ ਕ੍ਰੀਏਟਿਵ ਬੰਦੇ ਆ। ਮੈਂ ਇੱਕ ਦਿਨ ਸੈੱਟ 'ਤੇ, ਛੋਟਾ ਜਿਹਾ ਕੰਮ ਸੀ ਮੇਰਾ ਤਾਂ ਇੱਕ ਦਿਨ ਦਾ ਸੀ, ਅਤੇ ਬਟ ਹੁਣ ਬਾਅਦ 'ਚ ਅਸੀਂ ਦੇਖਿਆ ਸਟੂਡੀਓ ਡਬਿੰਗ ਵਿੱਚ, ਅਤੇ ਬਹੁਤ ਅੱਛਾ ਕੰਮ ਕੀਤਾ ਕਿ ਮਤਲਬ ਉਹਨੂੰ ਰਿਪ੍ਰਜੈਂਟ ਕੀਤਾ ਕਿਸ ਤਰੀਕੇ ਨਾਲ, ਮਾਸੂਮੀਅਤ ਉਸ ਬੰਦੇ ਦੀ ਸ਼ਾਇਰ ਲੱਗਦਾ। ਸਾਹਿਬ, ਜਦੋਂ ਸ਼ੌਂਕ 'ਤੇ ਫਿਲਮ ਬਣਦੀ ਆ, ਕਿਉਂਕਿ ਮੇਰੇ ਖਿਆਲ ਤੋਂ ਜਦੋਂ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਤੁਹਾਡੀ ਲਿਖਤ ਆ, ਉਹਦੇ 'ਤੇ ਫਿਲਮ ਬਣੀ ਆ, ਦੇਵੀ ਸਾਹਿਬ ਆਪ ਤੁਸੀਂ ਇਹਦੇ ਵਾਸਤੇ ਖੁਸ਼ ਸੀਗੇ ਜਾਂ ਤੁਹਾਨੂੰ ਉਹ ਇੱਕ ਹੁੰਦਾ ਨਾ ਕਿ ਬੰਦੇ ਨੂੰ ਬੜਾ ਚਾਅ ਹੁੰਦਾ ਆ ਕਿ ਜਦੋਂ ਜਿਹੜੀ ਲਿਖਤ ਮੇਰੀ ਜ਼ਿੰਦਗੀ 'ਚ ਅਹਿਮ ਹੈਗੀ ਆ, ਜਿੱਦਾਂ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਯੋਗਦਾਨ ਰਿਹਾ, ਉਹਦੇ 'ਚ ਮੈਂ ਕੰਮ ਕਰਨ ਲੱਗਿਆ ਜਾਂ ਉਹਦੇ 'ਚ ਮੇਰਾ ਕੁਛ? ਨਹੀਂ, ਬਿਲਕੁਲ, ਚਲੋ, ਬੇਸਿਕ ਫਿਲਮ ਤਾਂ ਸਰਤਾਜ ਹੋਰਾਂ ਦੀ ਆ, ਨਿਰੂ ਮਹਿਮਣ, ਸਾਰੀ ਕਹਾਣੀ ਇਹਨਾਂ ਦੁਆਲੇ ਘੁੰਮਦੀ ਆ, ਅਤੇ ਮੇਨ ਕਰੈਕਟਰ ਸਰਤਾਜ ਹੋਣੀ ਕੀਤਾ, ਮੇਰਾ ਤਾਂ ਬਹੁਤ ਛੋਟਾ ਰੋਲ ਹੈ। ਉਹ ਜਗਦੀਪ ਭਾਅ ਨੂੰ ਪਤਾ ਨਹੀਂ ਕਿਉਂ ਲੱਗਿਆ, ਕਹਿੰਦਾ ਭਾਅ ਜੀ ਇੱਕ ਕਰੈਕਟਰ ਆ, ਉਹ ਤੁਸੀਂ ਕਰ ਸਕਦੇ ਹਾਂ, ਜੇ ਤੁਸੀਂ ਮਨਾ ਕਰ ਦੋਗੇ ਅਸੀਂ ਕਿਸੇ ਹੋਰ ਨੂੰ ਕਹਾਂਗੇ। ਅਤੇ ਮੈਂ ਡਰਾਂ, ਮੈਂ ਕਿਹਾ ਯਾਰ ਮੈਂ ਕਦੇ ਕੀਤਾ ਨਹੀਂ, ਮੈਂ ਐਕਟਰ ਤਾਂ ਹੈ ਨਹੀਂ, ਭਾਈ ਮੈਨੂੰ ਇਹ ਲੱਗਦਾ ਵੀ ਜਦੋਂ ਐਡੀ ਵੱਡੀ ਫਿਲਮ ਮੇਰੇ ਕਰਕੇ ਕਮਜ਼ੋਰ ਨਾ ਉੱਥੋਂ ਕੋਈ ਲੱਗੇ ਨਾ ਸੀਨ ਉਹ ਮੇਰੇ ਵਾਲਾ, ਕਹਿੰਦੇ ਨਹੀਂ ਨਹੀਂ ਇਸ ਛੋਟਾ ਜਿਹਾ ਸਿੰਪਲ ਕੰਮ ਤੁਹਾਨੂੰ ਕਰਵਾ ਲੈਣਾ। ਅਤੇ ਵਾਕਈ ਉਹਦਾ ਪ੍ਰਤਾਪ ਹੋਣੀ ਬਹੁਤ ਬਰੀਕ ਬੰਦੇ ਆ, ਬੜੇ ਮਿਹਨਤੀ, ਪੇਸ਼ੈਂਸ ਨਾਲ ਕੰਮ ਕਰਦੇ ਆ, ਅਤੇ ਬਸ ਜਿੰਨਾ ਕੁ ਸੀਨ ਸਮੇਂ ਤਾਂ ਉਹਨਾਂ ਕੀਤਾ,
ਪਰ ਚੰਗਾ ਲੱਗਾ ਕਿ ਮਤਲਬ ਕਿ ਇੱਕ ਕਵੀ ਦੇ ਜ਼ਿੰਦਗੀ ਦੀ ਫਿਲਮ ਬਣ ਰਹੀ ਹੈ, ਕਿ ਉਸ ਸਬਜੈਕਟ 'ਤੇ ਬਣ ਰਹੀ ਹੈ। ਅੱਜ ਦਾ ਦੌਰ ਦੇ ਵੀ ਸਭ ਤੁਹਾਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਮੇਰਾ ਜਿਹੜਾ ਸਟਾਰਡਮ ਪਹਿਲਾਂ ਸੀਗਾ ਉਹ ਅੱਜ ਵੀ ਮੇਰਾ ਕਾਇਆ ਵਾ ਮੇਰੀ ਲਿਖਤ ਦੇ ਨਾਲ? ਤੁਹਾਨੂੰ ਨਹੀਂ, ਇਹ ਇੱਕ ਬੋਲ ਹੈ ਨਾ, ਜਿਹੜੇ ਬੋਲ ਨਹੀਂ ਕਦੇ ਮਰਦੇ। ਜਿਹੜੇ ਆਰਟ ਫੋਰਮ ਇੱਦਾਂ ਵੀ ਇਨਸਾਨ ਤਾਂ ਇੱਕ ਲਿਮਿਟਡ ਲਾਈਫ ਹੈ ਹਰੇਕ ਦੀ, ਕੋਈ ਹਜ਼ਾਰ ਸਾਲ ਥੋੜ੍ਹਾ ਜੀਣਾ ਕਿਸੇ ਬੰਦੇ ਨੇ, ਹੈ ਨਾ, ਉਨੇ ਕੀ ਆ। ਅਤੇ ਪਰ ਉਹਦੇ ਵਿੱਚ ਜਿਹੜਾ ਤੁਸੀਂ ਕੰਮ ਕਰ ਜਾਂਦੇ ਆ, ਥੋੜ੍ਹਾ ਕੰਮ ਚੱਲਦਾ ਰਹਿੰਦਾ, ਹੈ ਨਾ। ਪੁਰਾਣੇ ਆਰਟਿਸਟ ਐਕਟਰ ਆ, ਸ਼ਾਇਰ ਆ, ਇੱਕ ਬੰਦੇ ਜੇ ਐਡਾ ਕੰਮ ਕਰ ਗਏ, ਉਹਦੀਆਂ ਕਿਤਾਬਾਂ ਪੜ੍ਹ ਲਓ, ਉਹਦੀਆਂ ਫਿਲਮਾਂ ਦੇਖ ਲਓ, ਉਹਦੇ ਸਾਹਮਣੇ ਸਾਕਾਰ ਹੋ ਜਾਂਦੇ ਹੈ ਨਾ। ਤੋ ਇੱਕ ਬੋਲ ਇੱਕ ਐਸੀ ਚੀਜ਼ ਹੈ ਜਿਹੜੀ ਮਤਲਬ ਇਹ ਹਮੇਸ਼ਾ ਕਦੇ ਪੁਰਾਣੇ ਨਹੀਂ ਹੁੰਦੇ, ਕਿਉਂਕਿ ਉਸ ਜਿਸ ਸਮੇਂ 'ਚੋਂ ਬੰਦਾ ਵਿਚ ਰਿਹਾ, ਜੋ ਸਮੇਂ ਦੇ ਹਾਲਾਤ ਜੋ ਚੱਲ ਰਿਹਾ ਸਮਾਂ, ਉਹਨੂੰ ਬਖੂਬੀ ਬਿਆਨ ਕਰ ਰਿਹਾ। ਅਤੇ ਆਉਣ ਵਾਲੇ ਸਮੇਂ 'ਚ ਲਿਓ ਇੱਕ ਹਿਸਟੋਰੀਕਲ ਵੀ ਚੀਜ਼ ਹੋ ਜਾਂਦੀ ਆ, ਅੱਛਾ ਯਾਰ ਉਦੋਂ ਸਮਾਜਿਕ ਜ਼ਿੰਦਗੀ ਕਿੱਦਾਂ ਸੀ, ਉਦੋਂ ਰਾਜਨੀਤਿਕ ਹਾਲਾਤ ਕੀ ਇਹ ਸੀ, ਆਰਥਿਕਤਾ ਕਿਹੋ ਜਿਹੀ ਸੀ ਸੂਬੇ ਦੀ, ਇਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਨਾ। ਉਹ ਉਸ ਵੇਲੇ ਬੰਦਾ ਲਿਖ ਰਿਹਾ ਹੁੰਦਾ, ਲਿਖ ਜਾਂਦਾ ਆਪਣੇ ਸਮਕਾਲੀਨ। ਅਤੇ ਫਿਰ ਆਉਣ ਵਾਲੀ ਜਿਹੜੀ ਕਰਿਓਸਿਟੀ ਹੁੰਦੀ ਆ, ਉਹ ਕਹਿੰਦਾ ਅੱਛਾ ਯਾਰ, ਅੱਛਾ ਉਦੋਂ ਲੋਕ ਇੱਦਾਂ ਸੋਚਦੇ ਸੀ, ਆਹ ਇਸ ਤਰ੍ਹਾਂ ਸੀ ਲਾਈਫ ਸਟਾਈਲ, ਆਹ ਸੀਗਾ ਲੋਕਾਂ ਦਾ ਲਾਈਫ ਮਾਇੰਡ ਸੈੱਟ, ਆਹ ਸੀਗਾ। ਉਹ ਚੀਜ਼ਾਂ ਬਿਆਨ ਹੁੰਦੀਆਂ ਉਹਦੇ ਵਿੱਚ। ਅੱਜ ਦੀ ਲਿਖਤ ਨੂੰ ਦੇਬੀ ਸਾਹਿਬ ਕੀ ਸਮਝਦੇ ਹੁੰਦੇ ਆ, ਵੀ ਜਿਹੜੇ ਅੱਜ ਦੇ ਸ਼ਾਇਰ ਜਿਹੜੇ ਲਿਖ ਰਹੇ ਨੇ, ਜਿਹੜੇ ਕਰ ਰਹੇ ਨੇ, ਉਹ ਤੁਹਾਨੂੰ ਕੁਛ ਕਿਤੇ ਨਾ ਕਿਤੇ ਤੁਹਾਨੂੰ ਇੱਦਾਂ ਦਾ ਫੀਲ ਕਰਾਉਂਦੇ ਨੇ ਕਿ ਹਾਂ ਯਾਰ, ਵੀ ਅੱਜ ਦੇ ਨੌਜਵਾਨਾਂ 'ਚ ਵੀ, ਅੱਜ ਦੀ ਲੋਕਾਂ 'ਚ ਵੀ ਉਹ ਖੂਨ, ਉਹ ਜਜ਼ਬਾ, ਉਹ ਸ਼ਿੱਦਤ, ਉਹ ਪਿਆਰ, ਉਹ ਮੁਹੱਬਤ ਲਿਖਤ ਦੇ ਪ੍ਰਤੀ ਹੈਗੀ ਹੈ? ਤੁਹਾਨੂੰ ਤੁਸੀਂ ਫੀਲ ਕਰਦੇ ਹੋ ਕਿ ਜਿਹੜੇ ਸਮੇਂ 'ਚ ਤੁਹਾਡੇ ਲਿਖਿਆ ਜਾਂਦਾ ਸੀਗਾ, ਤੁਹਾਡਾ ਜਿਹੜਾ ਸਮੇਂ ਲਿਖਿਆ ਜਾਂਦਾ ਸੀਗਾ, ਅੱਜ ਉਹ ਲਿਖਿਆ ਜਾਂਦਾ ਹੈ ਜਾਂ ਉਹ ਮਤਲਬ ਹੈ? ਨਹੀਂ, ਇਸ ਤਰ੍ਹਾਂ ਚਲੋ ਦੌਰ ਜਦੋਂ ਸਮਾਂ ਬਦਲਦਾ, ਥੋੜ੍ਹਾ ਪੀਰੀਅਡ ਚੇਂਜ ਹੁੰਦਾ, ਖਿਆਲਾਤ ਥੋੜ੍ਹੇ ਬਦਲਣੇ, ਜਿਹੜੀ ਅਗਲੀ ਜਨਰੇਸ਼ਨ ਨੂੰ ਆਪਣਾ ਇੱਕ ਮਾਇੰਡ ਸੈੱਟ ਲੈ ਕੇ ਆਉਂਦੀ ਹੈ ਨਾ। ਪਰ ਜਿਹੜੀ ਇੱਕ ਬੇਸਿਕ ਭਾਵਨਾਵਾਂ ਇਨਸਾਨ ਦੀਆਂ ਹੋਈ ਆ, ਹੈ ਨਾ, ਉਹ ਥੋੜ੍ਹਾ ਬਦਲਣੀ, ਉਹਨੂੰ ਐਕਸਪ੍ਰੈਸ ਕਰਨ ਦੇ ਤਰੀਕੇ ਬਦਲ ਜਾਣੇ, ਲੈਂਗੁਏਜ ਥੋੜ੍ਹੀ ਜਿਹੀ ਡਿਫਰ ਕਰ ਜਾਂਦੀ ਆ। ਹੁਣ ਜੇ ਆਪਾਂ ਗੱਲਬਾਤ 'ਚ ਆਪਾਂ ਇੰਗਲਿਸ਼ ਦੇ ਸਾਰੇ ਵਰਡ ਬੋਲਦੇ ਹਾਂ, ਉਹ ਕੁਦਰਤੀ ਉਹ ਕਵਿਤਾ ਵਿੱਚ ਵੀ ਆਉਣੇ ਆ, ਉਹ ਲਿਟਰੇਚਰ ਵਿੱਚ ਵੀ ਆਉਣੇ ਆ, ਆਰਟ ਫੋਰਮ 'ਚ ਆਉਣੇ ਸਾਰੇ, ਨਾ, ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਅਤੇ ਬਾਕੀ ਜਿਹੜੇ ਨਵੀਂ ਪੀੜ੍ਹੀ ਆ, ਨਵੇਂ ਯੰਗ ਬੁੱਢੇ, ਜਿੰਨਾ ਕੁ ਤੋਂ ਮੈਂ ਮਿਲਦਾ ਸੁਣਦਾ, ਬਹੁਤ ਕਮਾਲ ਦਾ ਕੰਮ ਕਰਦੇ ਆ, ਕੌਨਫੀਡੈਂਸ ਨਾਲ ਭਰੇ ਆ, ਉਹ ਆਪ ਪਰਫੋਰਮ ਕਰਦੇ ਆ, ਆਪਣਾ ਰੈਪ ਸਟਾਈਲ ਲਿਖ ਲੈਂਦੇ ਆ, ਜਾਂ ਜੋ ਉਹਨੂੰ ਪਤਾ ਵੀ ਸਾਡੇ ਟਾਰਗੇਟ ਆਡੀਅੰਸ ਆਇਆ ਆਇਆ ਸੀ ਯੂਥ, ਉਹ ਉਹਨਾਂ ਦੇ ਹਿਸਾਬ ਨਾਲ ਤੁਸੀਂ ਇਹ ਚੀਜ਼ ਫੀਲ ਕਰਦੇ ਹੋ? ਦੇਬੀ ਸਾਹਿਬ ਜਦੋਂ ਸੋਸ਼ਲ ਮੀਡੀਆ ਅਸੀਂ ਚਲਾਉਂਦੇ ਹਾਂ ਨਾ, ਰੀਲਾਂ ਦੇਖਦੇ ਹਾਂ, ਹਰ ਤੀਜੀ ਰੀਲ 'ਚ ਦੇਬੀ ਸਾਹਿਬ ਦੀ ਸ਼ਾਇਰੀ ਹੁੰਦੀ ਆ। ਹਾਂ, ਇਹ ਸੋਸ਼ਲ ਮੀਡੀਆ ਦਾ ਹੈਗਾ, ਮੈਂ ਇੰਟਰਵਿਊ 'ਚ ਕੀਤਾ, ਮੈਂ ਪਬਲਿਸ਼ਰ ਨੇ ਮੈਨੂੰ ਪਿਛਲੇ ਸਾਲ ਗੱਲ ਕਹੀ ਸੀ, ਉਹ ਕਹਿੰਦੇ ਭਾਅ ਜੀ ਸੋਸ਼ਲ ਮੀਡੀਆ 'ਤੇ ਫਰਕ ਪੈ ਗਿਆ, ਵੀ ਜਿਹੜੇ ਹੁਣ 30-30 ਸਾਲ 40-40 ਸਾਲ ਪਹਿਲਾਂ ਜਿਹੜੇ ਪੰਜਾਬੀ ਕਵੀ ਗੁਜ਼ਰ ਗਏ ਸੀ, ਡੈਥ ਹੋ ਗਏ, ਉਹਨਾਂ ਦੀਆਂ ਕਿਤਾਬਾਂ ਰੀਪਬਲਿਕ ਹੋ ਰਹੀਆਂ, ਵੀ ਉਹ ਸੋਸ਼ਲ ਮੀਡੀਆ 'ਤੇ ਪੋਇਟਰੀ ਦੇਖਦੇ ਆ, ਕਹਿੰਦੇ ਯਾਰ ਇਹ ਕਿਤੇ ਪਤਾ ਕਰੋ ਇਹ ਕਿਤਾਬ ਕਿੱਥੋਂ ਮਿਲੂਗੀ, ਫਿਰ ਕਹਿੰਦਾ ਸਾਡੇ ਤੱਕ ਮੈਸੇਜ ਪਹੁੰਚਦਾ ਯਾਰ ਉਹ ਫਲਾਨੀ ਕਿਤਾਬ ਲੱਭਦੇ ਆ। ਤੁਹਾਨੂੰ ਐਵੇਂ ਲੱਗਦਾ ਕਿ ਦੇਬੀ ਮਖਸੂਸਪੁਰੀ ਨੂੰ ਅਸੀਂ ਸਾਰੇ ਜਾਣਦੇ ਤਾਂ ਸੀਗੇ, ਪਰ ਕਿਤੇ ਨਾ ਕਿਤੇ ਅੱਜ ਦੇ ਕਲਾਕਾਰਾਂ ਦਾ ਦੌਰ ਜਿਹੜਾ ਹੈਗਾ ਉਹ ਇੰਨਾ ਕੁ ਚੱਲ ਪਿਆ ਕਿ ਪੁਰਾਣੇ ਕਲਾਕਾਰ ਨੂੰ ਥੋੜ੍ਹਾ ਘੱਟ ਦੇਖਿਆ ਜਾਂਦਾ, ਪਰ ਇਹ ਰੀਲਾਂ ਇਹ ਪੋਸਟਾਂ ਦੇ ਥਰੂ ਉਹ ਕਲਾਕਾਰ ਦੁਬਾਰਾ ਤੋਂ ਯਾਦ ਕੀਤੇ ਜਾ ਰਹੇ ਨੇ, ਜ਼ਿਆਦਾ ਤੋਂ ਉਹਨਾਂ ਨੂੰ ਸੁਣਿਆ ਜਾ ਰਿਹਾ, ਜ਼ਿਆਦਾ ਤੋਂ ਉਹਨਾਂ ਨੂੰ ਵੇਖਿਆ ਜਾ ਰਿਹਾ। ਬਿਲਕੁਲ, ਉਹ ਚੀਜ਼ ਐਸੀ ਹੈ ਕਿ ਮਤਲਬ ਇੱਕ ਸਾਦਗੀ, ਜਿਹੜੀ ਸਿੰਪਲਿਸਿਟੀ ਹੈ ਨਾ, ਸਾਦਗੀ ਆ, ਇਹ ਤੁਸੀਂ ਨੋਟ ਕਰਿਓ, ਇਹ ਤੁਸੀਂ ਇਸ ਜ਼ਿੰਦਗੀ ਦੇ ਨਾਲ ਰਹਿੰਦੀ ਆ, ਉਹ ਜੇ ਜ਼ਿੰਦਗੀ ਨਾਲ ਰਹੂਗੀ ਤੁਸੀਂ ਸੌਖੇ ਰਹੋਗੇ। ਇਨਸਾਨ ਅਸੀਂ ਤੰਗ ਕਿਉਂ ਹਾਂ, ਅਸੀਂ ਉਹ ਸਿੰਪਲਿਸਿਟੀ ਛੱਡਦੇ, ਸਿੰਪਲ ਥਿੰਕਿੰਗ, ਸਿੰਪਲ ਕੱਪੜਾ, ਸਿੰਪਲ ਖਾਣਾ, ਸਿੰਪਲ ਲਾਈਫ, ਹੈ ਨਾ, ਉਹ ਪੁਰਾਣੇ ਲੋਕਾਂ ਦੀ ਹੁੰਦੀ ਸੀ, ਇਸ ਕਰਕੇ ਸੌਖੇ ਰਹਿੰਦੇ ਸੀ। ਹੁਣ ਮੁੜ ਕੇ ਆਉਣਾ ਉੱਧਰ ਨੂੰ ਪੈਣਾ, ਮੁੜ ਕੇ ਨਿੱਜੀ ਜ਼ਿੰਦਗੀ 'ਚ ਇਹਦਾ ਫਰਕ ਪੈਂਦਾ ਕਿ ਜਦੋਂ ਇੱਦਾਂ ਦਾ ਸਟਾਰਡਮ
ਸੋਸ਼ਲ ਮੀਡੀਆ ਦਾ ਸਟਾਰਡਮ ਇੱਕ ਕਲਾਕਾਰ ਦੀ ਜ਼ਿੰਦਗੀ 'ਚ ਆਉਂਦਾ, ਆਪਣੀ ਅੱਜ ਦੀ ਲਾਈਫ 'ਚ ਇਸ ਚੀਜ਼ ਦਾ ਫਰਕ ਪੈਂਦਾ, ਕਿਉਂਕਿ ਮੇਰੇ ਖਿਆਲ ਤੋਂ ਇਹ ਚੀਜ਼ ਨਾ ਸਾਨੂੰ ਹੋਰ ਜ਼ਿਆਦਾ ਹਾਈਪ ਮਿਲਣ ਲੱਗ ਜਾਂਦੀ ਹੈ, ਕਿਉਂਕਿ ਹੋਰ ਜ਼ਿਆਦਾ ਚਾਹੇ ਕਲਾਕਾਰ ਦੇ ਹਿੱਸੇ 'ਚ ਜ਼ਿੰਦਗੀ 'ਚ ਸ਼ੋਜ਼ ਹੀ ਆਉਂਦੇ ਨੇ, ਜਿੰਨਾ ਉਹ ਦੇਖੂਗਾ ਉਨਾ ਵਿਕੂਗਾ, ਜਾਂ ਜਿੰਨਾ ਉਹ ਲਿਖੂਗਾ ਉਨਾ ਉਹ ਵਿਕੂਗਾ। ਇਸ ਚੀਜ਼ ਦਾ ਤੁਹਾਡੀ ਜ਼ਿੰਦਗੀ 'ਚ ਪ੍ਰਭਾਵ ਪੈਂਦਾ ਵੀ ਜਿਵੇਂ ਜਿਵੇਂ ਸੋਸ਼ਲ ਮੀਡੀਆ ਦੌਰ ਚੱਲ ਰਿਹਾ, ਜਿਵੇਂ ਜਿਵੇਂ ਦੇਵੀ ਸਾਹਿਬ ਨੂੰ ਸੁਣਿਆ ਜਾ ਰਿਹਾ, ਵੇਖਿਆ ਜਾ ਰਿਹਾ, ਉਵੇਂ ਉਵੇਂ ਹੋਰ ਐਪਰੋਚਿਸ ਜਦੋਂ ਸੋਸ਼ਲ ਮੀਡੀਆ ਨਹੀਂ ਸੀਗਾ ਉਸ ਟਾਈਮ ਨਹੀਂ ਆਉਂਦੇ ਸੀਗਾ, ਅੱਜ ਸੋਸ਼ਲ ਮੀਡੀਆ ਦੇ ਤੌਰ 'ਤੇ ਮੈਨੂੰ ਹੋਰ ਜ਼ਿਆਦਾ ਇੱਕ ਫਰਕ ਤਾਂ ਪੈ ਗਿਆ। ਨਹੀਂ ਤਾਂ ਅੱਗੇ ਤੁਸੀਂ ਕਿਸੇ ਅਖਬਾਰ ਦੇ ਦਫ਼ਤਰ ਜਾਓ, ਆਪਣੀ ਕਟਿੰਗ ਲਾ ਦਿਓ, ਮੇਰੀ ਨਿਊਜ਼ ਲਾ ਦਿਓ, ਜਿਸ ਤਰ੍ਹਾਂ ਦੂਰਦਰਸ਼ਨ ਜਾਓ ਟੀਵੀ ਕਿਤੇ ਨਾ, ਹੁਣ ਇਹ ਸੋਸ਼ਲ ਮੀਡੀਆ ਆ ਗਿਆ, ਤੁਸੀਂ ਤੁਹਾਡੀ ਆਪਣੀ ਅਖਬਾਰ ਆ, ਤੁਹਾਡਾ ਆਪਣਾ ਰੇਡੀਓ ਟੀਵੀ, ਤੁਸੀਂ ਜੋ ਮਰਜ਼ੀ ਆਪਣਾ ਪੋਸਟ ਕਰੀਏ, ਹੈ ਨਾ, ਇੱਕ ਸੌਖਾ ਵੀ ਹੋ ਗਿਆ। ਔਰ ਤੁਸੀਂ ਆਪਣੇ ਐਕਸਪ੍ਰੈਸ਼ਨ ਜਿਹੜੀਆਂ ਸ਼ਾਇਦ ਆਰਟਿਸਟ ਨੂੰ ਅੱਗੇ ਆਉਣ ਦਾ ਨਹੀਂ ਸੀ ਮੌਕਾ ਮਿਲਦਾ, ਜੇ ਤੁਹਾਡੇ ਟੈਲੈਂਟ ਹੈਗਾ ਤੁਸੀਂ ਪੋਸਟਿੰਗ ਪਾਉਣੇ ਲੋਕਾਂ ਨੇ, ਜੇ ਤੁਹਾਡੇ ਟੈਲੈਂਟ ਹੈਗਾ ਉਹਨੂੰ ਐਕਸੈਪਟ ਕਰ ਲੈਣਾ, ਤੁਸੀਂ ਅੱਗੇ ਹੋਰ ਵੱਧ ਜਾਣਾ। ਇਹ ਚੰਗੀ ਚੀਜ਼ ਆ ਮੇਰੇ ਹਿਸਾਬ ਨਾਲ, ਬਸ ਇਹਦਾ ਮਿਸਯੂਜ਼ ਨਾ ਆਪਾਂ ਕਰੀਏ, ਬਾਕੀ ਠੀਕ ਹੈ। ਬਟ ਦੇਵੀ ਸਾਹਿਬ ਹੋਰ ਲੰਬੀ ਮੁਲਾਕਾਤ ਕਰਨ ਦਾ ਮੇਰਾ ਬਹੁਤ ਦਿਲ ਆ, ਪਰ ਅਸੀਂ ਪਿੰਡ ਆਵਾਂਗੇ ਜ਼ਰੂਰ, ਗੱਲਬਾਤ ਹੋਰ ਕਰਾਂਗੇ। ਬਟ ਇਹ ਇੰਟਰਵਿਊ ਦੀ ਕਲੋਜ਼ਿੰਗ ਦਾ ਮੈਂ ਕੁਝ ਸ਼ਾਇਰੀ ਤੋਂ ਜ਼ਰੂਰ ਸੁਣੀ ਜਾਊਂਗਾ, ਕਿਉਂਕਿ ਇਹ ਬੜਾ ਘੱਟ ਸਬਬ ਬਣਦਾ ਜਦੋਂ ਕਿਸੇ ਸ਼ਾਇਰ ਦੇ ਮੂੰਹ ਤੋਂ ਲਾਈਵ ਅਸੀਂ ਸ਼ਾਇਰੀ ਸੁਣ ਸਕੀਏ। ਹਾਂਜੀ ਬਿਲਕੁਲ, ਇਸ ਤਰ੍ਹਾਂ ਸੀਗਾ ਆਪਣੇ ਪੁਰਾਣੇ ਸ਼ੇਅਰ ਸੀਗੇ, ਸਦਕੇ ਜਿਨ੍ਹਾਂ ਦੇ ਚਮਨ ਆਬਾਦ ਸਾਡਾ ਰੱਬਾ ਉਹਨਾਂ ਬਹਾਰਾਂ ਦੀ ਖੈਰ ਕਰੀ, ਤੇਰੀ ਦੁਨੀਆ 'ਤੇ ਜਿਹੜੇ ਨੇ ਪਿਆਰ ਕਰਦੇ ਤੂੰ ਉਹਨਾਂ ਦੇ ਪਿਆਰਾਂ ਦੀ ਖੈਰ ਕਰੀ, ਵੇਖ ਜਿਨ੍ਹਾਂ ਵੱਲ ਜਿਉਣ ਦੀ ਜਾਚ ਸਿੱਖੀ ਨਕਸ਼ੇ ਕਦਮਾਂ 'ਤੇ ਜਿਨ੍ਹਾਂ ਦੇ ਚੱਲਦੇ ਆ, ਚਾਹੇ ਦੇਵੀ ਨੂੰ ਜਦੋਂ ਉਜਾੜ ਦੇਵੀ ਪਰ ਉਹਨਾਂ ਸੋਹਣਿਆਂ ਯਾਰਾਂ ਦੀ ਖੈਰ ਕਰੀ। ਕਿਆ ਬਾਤ ਹੈ, ਕਿਆ ਬਾਤ ਹੈ ਦੇਵੀ ਸਾਹਿਬ, ਬੜਾ ਬੜਾ ਧੰਨਵਾਦ ਇਹ ਮੁਲਾਕਾਤ ਲਈ। ਹੁਣ ਛੇਤੀ ਤੁਹਾਡੇ ਨਾਲ ਮਿਲ ਕੇ ਪਿੰਡ ਲਾਉਂਦੇ ਹਾਂ ਰੌਣਕਾਂ। ਠੀਕ ਹੈ, ਠੀਕ ਹੈ ਮੇਰਾ ਵੀਰ, ਥੈਂਕ ਯੂ ਸਰ, ਥੈਂਕ ਯੂ।